ਪੁਲ ਨਾਗਰਾ ਗੋਗੇਰਾ ਬ੍ਰਾਂਚ ਨਹਿਰ ਅੱਜ ਤੋਂ 4000 ਸਾਲ ਪੁਰਾਣਾ ਸ਼ਹਿਰ ਕਮਾਲੀਆ ਸਿਟੀ ਆਫ ਖੱਦਰ ਤੇ ਸ਼ੇਰਾਂ ਦਾ ਸ਼ਹਿਰ ਟੋਬਾ ਟੇਕ ਸਿੰਘ ਸਰਦਾਰ ਟੇਕ ਸਿੰਘ ਦਾ ਟੋਬਾ। ਸਲਾਮ ਅਲੈਕੁਮ ਜੀ, ਸਾਡਾ ਅੱਜ ਦਾ ਵਲੌਗ ਹੈਗਾ ਟੋਬਾ ਟੇਕ ਸਿੰਘ ਤੋਂ ਕਮਾਲੀਏ ਦਾ ਤੇ ਅਸੀਂ ਟੋਬਾ ਟੇਕ ਸਿੰਘ ਤੋਂ ਰਜਾਣੇ ਤੇ ਰਜਾਣੇ ਜਾਵਾਂਗੇ ਕਮਾਲੀਏ ਤੇ ਰਾਹ ਦੇ ਵਿੱਚ ਜਿਹੜੇ ਜਿਹੜੇ ਪਿੰਡ ਆਉਣਗੇ ਉਹ ਸਾਰੇ ਪਿੰਡ ਤੁਹਾਨੂੰ ਵਿਖਾਲਾਂਗੇ। ਸਾਰੇ ਭਰਾ ਆਪਣੇ ਆਪਣੇ ਪਿੰਡਾਂ ਦੇ ਨਾਂ ਕਮੈਂਟਾਂ 'ਚ ਲਿਖਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਪਿੰਡਾਂ ਦੇ ਮੁੰਡੇ ਨੂੰ ਲਾਜ਼ਮੀ ਫਾਲੋ ਤੇ ਸਬਸਕ੍ਰਾਈਬ ਕਰ ਲਿਓ। ਅਸੀਂ ਮੁਹੱਬਤਾਂ ਦੇ ਸ਼ਹਿਰ ਟੋਬਾ ਟੇਕ ਸਿੰਘ ਤੋਂ ਕਮਾਲੀਏ ਵੱਲ ਨੂੰ ਨਿਕਲ ਪਏ ਹਾਂ। ਇੱਥੋਂ ਇੱਕ ਸੜਕ ਝੰਗ ਸ਼ਹਿਰ ਨੂੰ, ਇੱਕ ਗੋਜਰਿਆਲ ਨੂੰ ਤੇ ਇੱਕ ਸ਼ੋਰਕੁੱਟ ਵੱਲ ਨੂੰ ਨਿਕਲਦੀ ਹੈ। ਟੋਬਾ ਟੇਕ ਸਿੰਘ ਤੋਂ ਕਮਾਲੀਏ ਰੋਡ ਦੇ ਉੱਤੇ ਬਾਈਪਾਸ ਟੱਪਦਿਆਂ ਸਾਰ ਹੀ ਪਹਿਲਾ ਪਿੰਡ 295 ਗਾਹਬੇ ਬੇਰੀਆਂ ਵਾਲਾ ਆਉਂਦਾ ਹੈ, ਜਿਹੜਾ ਬੇਰੀਆਂ ਦੇ ਬੂਟਿਆਂ ਕਰਕੇ ਮਸ਼ਹੂਰ ਸੀ। ਇਸ ਦੇ ਨਾਲ ਪਿੰਡ 294 ਗਾਹਬੇ ਇੱਬਣ ਆਉਂਦਾ ਹੈ ਤੇ 293 ਜੀਂਬੇ ਸ਼ੇਰੂ ਤੇ ਵਿੱਚੋਂ ਦੀ ਭਾਗਟ ਬੰਗਲੇ ਵੱਲ ਸੜਕ ਨਿਕਲਦੀ ਹੈ ਤੇ ਇਸ ਤੋਂ ਅਗਲਾ ਪਿੰਡ ਆ 351 ਗਾਹਬੇ ਨਾਗਰਾ, ਜਿੱਥੋਂ ਚੱਕ 350 ਗਾਹਬੇ ਵੱਲ ਸੜਕ ਨਿਕਲਦੀ ਹੈ। ਹੁਣ ਅਸੀਂ ਗੋਗੇਰਾ ਬ੍ਰਾਂਚ ਨਹਿਰ ਪੁਲ ਨਾਗਰੇ ਦੇ ਉੱਤੇ ਪਹੁੰਚ ਚੁੱਕੇ ਹਾਂ। ਇਹ ਸਾਡੇ ਦੇ ਬਿਲਕੁਲ ਨਾਲ ਪਿੰਡ ਆ 335 ਗਾਹਬੇ ਤੇ ਅੱਗੇ ਪਿੰਡ ਆਉਂਦਾ 336 ਗਾਹਬੇ ਨਿਆ ਸਰਾਬਾ, ਜਿੱਥੋਂ ਚੱਕ 337 ਢੋਲਨ ਤੇ 338 ਗਾਹਬੇ ਵੱਲ ਸੜਕ ਨਿਕਲਦੀ ਹੈ। ਇੱਥੇ 336 ਗਾਹਬੇ ਸਰਾਬਾ ਨਾਂ ਦੇ ਦੋ ਪਿੰਡ ਨੇ। ਇਹਨਾਂ ਤੋਂ ਅੱਗੇ ਪਿੰਡ ਆ ਜਾਂਦਾ 517 ਗਾਹਬੇ। ਇਸ ਤੋਂ ਅੱਗੇ ਜਾ ਕੇ ਰਜਾਣੇ ਦਾ ਟੂਲ ਪਲਾਜ਼ਾ ਆ ਜਾਂਦਾ ਹੈ। ਇਸ ਤੋਂ ਉਰਾਂ ਰਜਾਣੇ ਤੋਂ ਉਰਲੀ ਸਾਈਡ ਤੇ ਜਿੰਨੇ ਪਿੰਡ ਨੇ ਇਹ ਸਾਰੇ 47 ਤੋਂ ਪਹਿਲਾਂ ਸਿੱਖਾਂ ਦੇ ਸੀ। 47 ਵੇਲੇ ਇਹਨਾਂ ਪਿੰਡਾਂ 'ਚ ਮਹਾਜਰ ਆ ਕੇ ਆਬਾਦ ਹੋਏ ਨੇ। ਅਗਲਾ ਪਿੰਡ 291 ਗਾਹਬੇ ਪੱਕੀ ਠੱਠੀ, ਇਹ ਵੱਡਾ ਅੱਡਾ ਹੈ। ਇਸ ਦੇ ਨਾਲ ਪਿੰਡ 290 ਗਾਹਬੇ, 299 ਗਾਹਬੇ, 349 ਭੰਮੀਪੁਰਾ ਤੇ ਪਿੰਡ 284 ਗਾਹਬੇ, ਇਹ ਪਿੰਡ ਆਉਂਦੇ ਨੇ। ਹੁਣ ਅਸੀਂ ਟੋਬਾ ਟੇਕ ਸਿੰਘ ਸ਼ਹਿਰ ਤੋਂ 15 ਕਿਲੋਮੀਟਰ ਦੂਰ ਰਜਾਣਾ ਸ਼ਹਿਰ ਦੇ ਵਿੱਚ ਐਂਟਰ ਹੋ ਚੁੱਕੇ ਹਾਂ। ਰਜਾਣੇ ਦਾ ਚੌਕ 4 ਸ਼ਹਿਰਾਂ ਦਾ ਸੈਂਟਰ ਹੈ, ਜਿਹਦੇ ਵਿੱਚ ਟੋਬਾ ਟੇਕ ਸਿੰਘ, ਕਮਾਲੀਆ, ਪੀਰ ਮਹਿਲ ਤੇ ਸ਼ਹਿਰ ਸਮੁੰਦਰੀ ਆਉਂਦਾ ਹੈ, ਜਿਸ ਦੀ ਰੌਣਕ 24 ਘੰਟੇ ਬਹਾਲ ਰਹਿੰਦੀ ਹੈ। ਤੇ ਸ਼ਹਿਰ ਰਜਾਣੇ ਦਾ ਪੁਲਿਸ ਥਾਣਾ ਇਸ ਇਲਾਕੇ ਦੇ ਸਾਫ਼ ਸੁਥਰਿਆਂ ਅਤੇ ਖੂਬਸੂਰਤ ਥਾਣਿਆਂ ਦੇ ਵਿੱਚੋਂ ਇੱਕ ਹੈ। ਰਜਾਣੇ ਤੋਂ ਸਮੁੰਦਰੀ ਰੋਡ ਦੇ ਉੱਤੇ ਮਸ਼ਹੂਰ ਪਿੰਡ ਫਲੌਰ ਆਉਂਦਾ ਹੈ, ਜਿੱਥੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਲੋਕ ਬੈਠੇ ਹੋਏ ਨੇ। ਇਸ ਦੇ ਨਾਲ ਪਿੰਡ 285 ਗਾਹਬੇ ਆਉਂਦਾ, ਮੋਟਰਵੇ M3 ਕ੍ਰਾਸ ਕਰਦਿਆਂ ਹੀ ਪਿੰਡ 286 ਗਾਹਬੇ ਅਰਾਈਆਂ ਵਾਲਾ ਆਉਂਦਾ ਹੈ। ਇਸ ਦੀ ਇੱਕ ਆਬਾਦੀ 286 ਸੇਠ ਵਾਲਾ ਵੀ ਹੈ। ਇਸ ਦੇ ਨਾਲ ਪਿੰਡ 287 ਗਾਹਬੇ ਆਉਂਦਾ, ਪਿੰਡ 263 ਗਾਹਬੇ ਕ੍ਰਾਸ ਕਰਦਿਆਂ ਹੀ ਪਿੰਡ 264 ਗਾਹਬੇ ਆ ਜਾਂਦਾ ਹੈ, ਜਿੱਥੋਂ ਚੱਕ 265, 262, 261, 536 ਗਾਹਬੇ ਵੱਲ ਸੜਕਾਂ ਨਿਕਲਦੀਆਂ ਨੇ। ਇਸ ਦੇ ਨਾਲ ਹੀ ਪਿੰਡ 266 ਖੋਖਰਾਂ ਵਾਲੀ, 267, 268 ਤੇ ਪਿੰਡ 55 ਟੱਕਰਾਂ ਆਉਂਦੇ ਨੇ। ਪਿੰਡ 268 ਮਹੋਟਿਆਂ ਵਾਲਾ ਕ੍ਰੈਸ ਕਰੀਏ ਤੇ ਅੱਗੇ ਪਿੰਡ 269 ਗਾਹਬੇ ਖਤਰਾਂ ਆਉਂਦੇ ਨੇ। ਇਹ ਵੀ ਇਸ ਇਲਾਕੇ ਦਾ ਇੱਕ ਵੱਡਾ ਪਿੰਡ ਹੈ। ਇਹ ਸਾਰੇ ਲੋਕਲਾਂ ਦੇ ਪਿੰਡ ਨੇ, 47 ਤੋਂ ਪਹਿਲਾਂ ਦੇ ਆਬਾਦ ਨੇ, ਪੁਰਾਣੇ ਵਸ਼ਿੰਦੇ ਇਹਨਾਂ ਪਿੰਡਾਂ 'ਚ ਬੈਠੇ ਹੋਏ ਨੇ। ਇਸ ਦੇ ਨਾਲ ਪਿੰਡ 270, 271 ਗਾਹਬੇ ਆਉਂਦੇ ਨੇ ਤੇ ਖੱਬੇ ਪਾਸੇ ਪਿੰਡ 56 ਟੁਕੜਾ ਤੇ ਪਿੰਡ 660/1 ਗਾਹਬੇ ਆਉਂਦੇ ਨੇ। ਇਹਦੇ ਨਾਲ ਹੀ ਕਮਾਲੀਆ ਬਾਈਪਾਸ ਹੈ, ਜਿੱਥੋਂ ਇੱਕ ਸੜਕ ਪੀਰ ਮਹਿਲ ਨੂੰ ਤੇ ਦੂਜੀ ਮਾਮੂ ਕਾਂਝੜਾਂ ਨੂੰ ਨਿਕਲ ਜਾਂਦੀ ਹੈ, ਜਿੱਥੇ ਪਿੰਡ 705 ਗਾਹਬੇ, 708 ਗਾਹਬੇ, 707 ਗਾਹਬੇ ਗੁਜਰਾਂ ਵਾਲਾ, 714 ਗਾਹਬੇ, 715 ਇਹ ਪਿੰਡ ਆਉਂਦੇ ਨੇ ਤੇ ਖੱਬੇ ਪਾਸੇ 188 ਗੋਦਿਆਂ ਵਾਲੀ, 515, 186 ਗਾਹਬੇ ਇਹ ਆਉਂਦੇ ਤੇ ਵੈਲਕਮ ਟੂ ਸਿਟੀ ਆਫ ਖੱਦਰ ਸਰਦਾਰ ਕਮਾਲ ਦਾ ਸ਼ਹਿਰ ਕਮਾਲੀਆ, ਉਸਦਾ ਰੇਲਵੇ ਸਟੇਸ਼ਨ ਸਾਰਿਆਂ ਨੂੰ ਪਹਿਲਾਂ।
ਜਾਂ ਉੱਥੇ ਅੱਪੜੇ ਹਾਂ। ਕਮਾਲੀਆ 4000 ਸਾਲ ਪੁਰਾਣਾ ਸ਼ਹਿਰ ਹੈ। ਇੱਥੇ ਖਰਲ, ਫਤਿਆਣੇ, ਸਿਆਲ ਇਹ ਵਸਿੰਦੇ ਬੈਠੇ ਹੋਏ ਨੇ। ਇਹ ਸਾਰੀ ਰਾਵੀ ਬੈਲਟ ਹੈ। ਇਹ ਸ਼ਹਿਰ ਬਾਰ ਬਾਰ ਤਬਾਹ ਹੋ ਕੇ ਦੁਬਾਰਾ ਆਬਾਦ ਹੋਇਆ। ਇਸ ਸ਼ਹਿਰ ਦੇ ਵਿੱਚ ਹਲੇ ਵੀ ਤੁਹਾਨੂੰ ਪੁਰਾਣੀਆਂ ਤਾਰੀਖ ਨਾਲ ਜੁੜੀਆਂ ਹੋਈਆਂ ਚੀਜ਼ਾਂ ਮਿਲ ਜਾਣਗੀਆਂ। ਕਮਾਲੀਏ ਦੀ ਮੁਕੰਮਲ ਹਿਸਟਰੀ ਜਲਦ ਅਸੀਂ ਆਪਣੇ ਚੈਨਲ ਪਿੰਡਾਂ ਦੇ ਮੁੰਡੇ 'ਤੇ ਲੈ ਕੇ ਹਾਜ਼ਰ ਹੋਵਾਂਗੇ। ਅਤੇ ਪੰਜਾਬ ਦੇ ਪਿੰਡ ਵੇਖਣ ਵਾਸਤੇ ਸਾਡੇ ਚੈਨਲ ਨੂੰ ਫਾਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਅਤੇ ਕਮੈਂਟ ਵੀ ਜ਼ਰੂਰ ਕਰਿਓ।